ਇਹਦੇ ਵਿੱਚ ਕੀ ਕਹਿੰਦੇ ਆ, ਤੁਸੀਂ ਸਭ ਤੋਂ ਜਿਹੜੀ ਫੈਸੀਨੇਟਿੰਗ ਚੀਜ਼ ਸਾਨੂੰ ਆਪਣੇ ਆਪ ਨੂੰ ਲੱਗੀ ਸੀਗੀ, ਅਸੀਂ ਪਹਿਲੇ ਸਾਨੂੰ ਅਸੀਂ ਦੇਖਿਆ ਕਿ ਮਹਾਰਾਜਾ ਰਣਜੀਤ ਸਿੰਘ ਕਿੱਥੇ ਹੈ ਇੱਥੇ, ਤਾਂ ਤੁਸੀਂ ਪਹਿਲਾ ਧਿਆਨ ਤੁਹਾਡਾ ਜਾਏਗਾ ਜਾਂ ਇੱਥੇ ਜਾਏਗਾ ਜਾਂ ਇੱਥੇ ਕਿੱਥੇ ਜਾਏਗਾ, ਬਟ ਉਹ ਇੱਥੇ ਬੈਠੇ ਆ ਆਪਣੀ ਸਵਾਰੀ ਤੇ, ਤਾਂ ਸਾਨੂੰ ਲੱਗਿਆ ਕਿ ਇਹ ਫੋਟੋ ਲਗਾਉਣੀ ਬਹੁਤ ਜ਼ਰੂਰੀ ਹੈ, ਕਿਉਂਕਿ ਇਹ ਦਿਖਾਉਂਦੀ ਹੈ ਕਿ ਮਹਾਰਾਜਾ ਰਣਜੀਤ ਸਿੰਘ ਅੱਗੇ ਬਹੁਤ ਫੋਟੋ ਆਉਣਗੀਆਂ ਕਿ ਉਹ ਕਿੰਨੇ ਡਾਊਨ ਟੂ ਅਰਥ ਤੇ ਹੰਬਲ ਸੀਗੇ। ਜਿਹੜੀ ਸਾਡੀ ਛਾਪ ਬਣੀ ਹੈ ਵੀ ਮਹਾਰਾਜਾ ਤਾਂ ਜੀ ਮਹਾਰਾਜਾ ਸਟਾਈਲ, ਇੱਕ ਵੱਡਾ ਜੇ ਰੋਇਲ ਤਾਂ ਉਹ ਕਿਉਂ ਆਏ ਬੈਠੂਗਾ, ਤੇ ਇਸੇ ਇਹਦੇ ਵਿੱਚ ਫਿਰ ਤੁਸੀਂ ਜਿਹੜੀ ਇਹ ਪੂਰੀ ਐਗਜੀਬਿਸ਼ਨ ਲਾਈ ਤਾਂ ਇਹਦੇ ਚ ਖਾਸ ਚੀਜ਼ਾਂ ਨੂੰ ਕੀ ਪੁਆਇੰਟ ਆਊਟ ਕਰਿਆ, ਜ਼ਿਆਦਾ ਮਹਾਰਾਜਾ ਰਣਜੀਤ ਸਿੰਘ ਨੂੰ ਦਿਖਾਉਂਦੀਆਂ? ਇਹ ਮਹਾਰਾਜਾ ਰਣਜੀਤ ਸਿੰਘ ਨੂੰ ਵੀ ਦਿਖਾਉਂਦੀ ਹੈ, ਬਟ ਸਾਡਾ ਮੇਨ ਫੋਕਸ ਸੀਗਾ ਇਹ ਦਿਖਾਉਣਾ ਕਿ ਜਦੋਂ ਸਿੱਖ ਰਾਜ ਸੀਗਾ ਤਾਂ ਉਦੋਂ ਪੰਜਾਬ ਕਿਵੇਂ ਦਾ ਸੀਗਾ ਤੇ ਚੀਜ਼ਾਂ ਕਿੰਨੀਆਂ ਵੱਖਰੀਆਂ ਸੀਗੀਆਂ। ਹੋਰਾਂ ਦੇ ਵਾਪਸ ਆਉਂਦੇ ਦੀ ਉਹ ਹੈਗੀ ਆ, ਇਹਦੇ ਵਿੱਚ ਵੈਸੇ ਦੇਖਿਆ ਜਾਵੇ ਇੱਕ ਨੈਚੁਰਲ ਸੀਨ ਉਸ ਟਾਈਮ ਦਾ ਪ੍ਰੈਜੈਂਟ। ਹਾਂਜੀ ਹਾਂਜੀ, ਨੈਚੁਰਲ ਸੀਨ ਦਿਖਾਉਂਦਾ, ਨਾਲੇ ਉਸ ਟਾਈਮ ਤੇ ਐਵੇਂ ਹੁੰਦਾ ਸੀ ਕਿ ਕੋਈ ਕੈਮਰਾ ਤਾਂ ਹੁੰਦਾ ਨਹੀਂ ਸੀ ਜਿਹਦੇ ਨਾਲ ਤੁਸੀਂ ਕੈਪਚਰ ਕਰਕੇ ਫਿਰ ਬਣਾ ਸਕੋ, ਸੋ ਉਹ ਲਿਥੋਗ੍ਰਾਫ ਫੋਟੋ ਹੈ ਹਰਿਮੰਦਰ ਸਾਹਿਬ ਦੀ ਜਿਹੜੀ ਅ ਲੇਡੀ ਨੇ ਬਣਾਈ ਹੈ। ਅ ਲੇਡੀ ਇਜ਼ ਉਹ ਇੰਗਲੈਂਡ ਦੇ ਕਿਸੇ ਗਵਰਨਰ ਦੀ ਵਾਈਫ ਸੀਗੀ, ਕਿਸੇ ਜਨਰਲ ਦੀ ਵਾਈਫ ਸੀਗੀ, ਤੇ ਉਹਦਾ ਨਾਮ ਸਾਨੂੰ ਕਿੱਥੇ ਨਹੀਂ ਮਿਲ ਸਕਿਆ ਕਿ ਉਹਦਾ ਨਾਮ ਕੀ ਸੀ, ਜਿੰਨੀ ਵੀ ਉਹਦੇ ਬਹੁਤ ਪੇਂਟਿੰਗਸ ਹੈਗੀਆਂ ਬਹੁਤ ਸੋਹਣੀਆਂ ਸੋਹਣੀਆਂ, ਬਟ ਉਹਨੂੰ ਅ ਲੇਡੀ ਨਹੀਂ ਲਿਖਿਆ। ਸਾਡੇ ਕੋਲ ਇਹਨਾਂ ਦੀਆਂ ਫੋਟੋਆਂ ਪੰਜਾਬ ਡਿਜੀਟਲ ਦੇ ਲਾਇਬ੍ਰੇਰੀ ਦੇ ਰਿਕਾਰਡ ਵਿੱਚ ਹੈਗੀਆਂ, ਉਹਨਾਂ ਦਾ ਜਿੱਥੇ ਵੀ ਆਥਰ ਆਰਟਿਸਟ ਲਿਖਿਆ ਹੈ ਉਹ ਅ ਲੇਡੀ ਰੈਫਰ ਕੀਤਾ ਹੋਇਆ ਹੈ। ਮਸਜਿਦ, ਉਹ ਮਸਜਿਦ ਹੈ ਜਿਹੜੀ ਮਹਾਰਾਜਾ ਰਣਜੀਤ ਸਿੰਘ ਨੇ ਬਣਵਾਈ ਸੀ ਪੰਜਾਬ ਵਿੱਚ, ਉਹਨਾਂ ਨੇ ਮਸਜਿਦ ਨੂੰ ਫੰਡ ਕੀਤਾ ਸੀ ਕਿ ਤੁਸੀਂ ਮਸਜਿਦ ਬਣਾਓ ਪੰਜਾਬ ਵਿੱਚ, ਸੋ ਇਸ ਕਰਕੇ ਇਹ ਖਾਸ ਹੈਗੀ ਹੈ। ਇਹ ਮਹਾਰਾਜਾ ਰਣਜੀਤ ਸਿੰਘ ਦੀ ਤਸਵੀਰ ਹੈ, ਤੇ ਇਹ ਇਕੱਲੀ ਤਸਵੀਰ ਹੈ ਜਿਹਨਾਂ ਨੇ ਜਿਹੜੀ ਉਹਨਾਂ ਨੇ ਬੈਠ ਕੇ ਆਪੇ ਬਣਵਾਈ ਸੀ, ਤੇ ਉਹਨਾਂ ਦੀ ਜਿੰਨੀਆਂ ਵੀ ਫੋਟੋਆਂ ਹੈਗੀਆਂ ਉਹ ਉਹਨਾਂ ਦੀਆਂ ਰੈਂਡਮ ਫੋਟੋਜ਼ ਹੈਗੀਆਂ। ਮਹਾਰਾਜਾ ਨੂੰ ਕੋਈ ਦੇਖ ਕੇ ਤੁਸੀਂ ਜੇ ਨਾਮ ਲਿਖੋ ਉਦੋਂ ਤਾਂ ਸ਼ਾਇਦ ਨਾ ਪਹਿਚਾਣੇ। ਹਾਂਜੀ, ਨਾਲੇ ਉਹ ਵੀ ਇੱਕ ਗੱਲ ਅਸੀਂ ਇਹ ਵੀ ਸਿੱਖੀ ਕਿ ਪੰਜਾਬ ਵਿੱਚ ਅਸੀਂ ਜਿੱਥੇ ਵੀ ਜਾਂਦੇ ਹਾਂ ਸਾਨੂੰ ਜਾਂ ਤਾਂ ਕਿਲੇ ਦਿਖਦੇ ਹੈ, ਫੋਰਟਸ ਦਿਖਦੇ ਹੈ ਸਾਨੂੰ, ਸਾਨੂੰ ਕਿਤੇ ਵੀ ਪੈਲੇਸਿਸ ਨਹੀਂ ਦਿਖਦੇ, ਕਿਉਂਕਿ ਮਹਾਰਾਜਾ ਰਣਜੀਤ ਸਿੰਘ ਨੇ ਜਿਹੜਾ ਪੈਸਾ ਹੈਗਾ ਉਹ ਉਹਨਾਂ ਚੀਜ਼ਾਂ 'ਤੇ ਨਹੀਂ ਲਗਾਇਆ, ਉਹ ਆਪਣੇ ਆਪ ਸਿੰਪਲ ਰਹਿੰਦੇ ਸੀ ਅਤੇ ਉਹਨਾਂ ਨੇ ਪੰਜਾਬ 'ਤੇ ਪੈਸਾ ਲਾਇਆ ਹੈ। ਸਤਿ ਸ਼੍ਰੀ ਅਕਾਲ। ਪੁਰਾਣੇ ਪੰਜਾਬ ਨੂੰ ਜਦੋਂ ਦੇਖਦੇ ਹਾਂ ਬਹੁਤ ਸਾਰੀਆਂ ਚੀਜ਼ਾਂ ਅੱਜ ਦੇ ਸਮੇਂ ਦੇ ਦੌਰਾਨ ਉਹ ਖਾਸ ਹੋ ਗਈਆਂ ਜਿਹੜੀਆਂ ਉਦੋਂ ਆਮ ਹੁੰਦੀਆਂ ਸੀ, ਉਹ ਇਸ ਕਰਕੇ ਕਿਉਂਕਿ ਸਮੇਂ ਦਰ ਸਮੇਂ ਚੀਜ਼ਾਂ ਸਟਾਈਲ ਸਭ ਕੁਝ ਚੇਂਜ ਹੁੰਦਾ ਜਾਂਦਾ। ਸਾਡੇ ਨਾਲ ਬਿਲਾਵਲ ਕੌਰ ਨੇ ਕਿ ਉਹਨਾਂ ਦੇ ਨਾਲ ਇਹ ਚੀਜ਼ਾਂ ਦੇ ਸਮਝਣ ਦੀ ਕੋਸ਼ਿਸ਼ ਕਰਾਂਗੇ ਜੋ ਪੀੜ੍ਹੀ ਦਰ ਪੀੜ੍ਹੀ ਬਦਲ ਗਈਆਂ ਅਤੇ ਅੱਜ ਉਹਨਾਂ ਦੇ ਮਾਇਨੇ ਕੀ ਨੇ। ਬਿਲਾਵਲ, ਦੇਖੀਏ ਅੱਜ ਜਦੋਂ ਦੇਖਦੇ ਹਾਂ ਇਹਨਾਂ ਸਾਰੇ ਅਸੀਂ ਪੁਰਾਣੀ ਹਿਸਟਰੀ ਨੂੰ, ਤਾਂ ਜੇ ਇਹਨਾਂ 'ਚ ਡਿਫਰੈਂਸਿਸ ਦੇਖੀਏ ਅੱਜ ਦੇ ਸਮੇਂ ਦੇ ਹਿਸਾਬ ਦੇ ਨਾਲ ਕੀ ਕੀ ਚੀਜ਼ਾਂ ਨੇ ਜਿਹੜੀਆਂ ਇਹਨਾਂ ਨੂੰ ਆਪਣੇ ਆਪ ਦੇ ਵਿੱਚ ਖਾਸ ਬਣਾਉਂਦੀਆਂ ਨੇ ਹਿਸਟਰੀ ਦੇ ਨਾਲ? ਪਹਿਲੀ ਗੱਲ ਤਾਂ ਇਹ ਜਿਹੜਾ ਇਹ ਪੈਨਲ ਹੈਗਾ ਪਰਟੀਕੂਲਰ, ਇਹ ਅਸੀਂ ਜਦੋਂ ਵੀ ਬ੍ਰਿਟਿਸ਼ਰਸ ਕੋਈ ਗੱਲ ਸੁਣਦੇ ਸੀ ਤਾਂ ਉਹਨਾਂ ਨੂੰ ਸਪੈਲਿੰਗ ਨਹੀਂ ਪਤਾ ਹੁੰਦੇ ਸੀ, ਤਾਂ ਆਪਣੇ ਵੱਲੋਂ ਬੜੇ ਸਪੈਲਿੰਗ ਲਿਖਦੇ ਸੀ। ਦੇਰ ਆਰ ਅਰਾਊਂਡ 21 ਵੇਜ਼ ਟੂ ਰਾਈਟ ਪੰਜਾਬ ਔਰ ਸਿਕਸ, ਇਹ ਸਾਰੇ ਉਹਨਾਂ ਦੇ ਸਪੈਲਿੰਗਸ ਹੈ। ਵਟ ਸਪੈਸੀਫਿਕਲੀ ਜਿਹੜਾ ਤੁਹਾਨੂੰ ਸਾਨੂੰ ਸਟੈਂਡ ਆਊਟ ਕੀਤਾ, ਚੱਕ ਗੁਰੂ, ਇੱਕ ਬੁੱਕ ਵਿੱਚ ਅੰਮ੍ਰਿਤਸਰ ਨੂੰ ਲਿਖਿਆ ਹੋਇਆ ਸੀ ਚੱਕ ਗੁਰੂ, ਤੇ ਅਸੀਂ ਪਹਿਲੇ ਤਾਂ ਬੜੇ ਕਨਫਿਊਜ਼ ਹੋਏ ਕਿ ਚੱਕ ਗੁਰੂ ਕੀ ਹੈਗਾ, ਕੀ ਚੀਜ਼ ਹੈਗੀ ਹੈ, ਕਿਉਂਕਿ ਅਸੀਂ ਕਦੇ ਸੁਣਿਆ ਨਹੀਂ ਅੱਜ ਕੱਲ੍ਹ ਦੇ ਅੰਮ੍ਰਿਤਸਰ ਅੰਬਰਸਰ ਇਹ ਸਾਰੇ ਅਸੀਂ ਫਿਰ ਵੀ ਪਛਾਣ ਲਾਂਗੇ ਕੀ ਹੈਗਾ। ਤਾਂ ਫਿਰ ਸਾਨੂੰ ਦੱਸਿਆ ਗਿਆ ਕਿ ਚੱਕ ਗੁਰੂ ਬ੍ਰਿਟਿਸ਼ਰ, ਉਹ ਪੁਰਾਣੇ ਸਮੇਂ ਵਿੱਚ ਇੱਥੇ ਚੱਕ ਗੁਰੂ ਬੋਲਿਆ ਜਾਂਦਾ ਸੀ ਪੰਜਾਬ ਅੰਮ੍ਰਿਤਸਰ, ਤਾਂ ਉਹ ਇਹ ਸਾਰੇ ਉਹ ਸਪੈਲਿੰਗ ਹੈ ਜਿਹੜੇ ਸਾਨੂੰ ਅਲੱਗ ਲੱਗਦੇ ਸੀਗੇ। ਰਣਜੀਤ ਉਹ ਵਾਲੇ ਸਪੈਲਿੰਗ ਹੈਗੇ ਆ ਆਰ ਯੂ ਨਾਲ ਆਰ ਏ ਨਾਲ, ਸਿਕਸ ਦੇ ਕਿੰਨੇ ਡਿਫਰੈਂਟ ਸਪੈਲਿੰਗ ਹੈਗੇ ਹੈ,
ਕਿੰਨੇ ਡਿਫਰੈਂਟ ਉਹ ਜੋ ਵੀ ਬ੍ਰਿਟਿਸ਼ਰਸ ਨੂੰ ਲੱਗਦਾ ਸੀ ਕਿ ਕਿਵੇਂ ਅਸੀਂ ਸਪੈਲ ਕਰ ਸਕਦੇ ਹਾਂ। ਲਿਖੇਗਾ ਬਟ ਹਰ ਬੰਦੇ ਨੇ ਵੱਖਰੇ ਲਿਖੇ ਹੋਏ ਆ, ਜਿਵੇਂ ਇੱਕ ਫ੍ਰੈਂਚ ਟਰੈਵਲਰ ਸੀਗਾ ਵਿਕਟਰ ਜੈਕਮਾ, ਉਹਨੇ ਵੱਖਰੇ ਸਪੈਲਿੰਗ ਵਰਤੇ ਬਟ ਉਹਨੇ ਹਰ ਜਗ੍ਹਾ ਸੇਮ ਬਦਲੇ ਹੈ ਵਰਤੇ ਹੈ, ਯਾਨੀ ਕਿ ਉਹਦੇ ਨਾਲ ਫਿਰ ਇਹ ਪਤਾ ਲੱਗ ਜਾਂਦਾ ਸੀ ਵੀ ਇਹ ਕਿਸ ਬਾਰੇ ਗੱਲ ਕਰ ਰਹੇ ਨੇ। ਹਾਂਜੀ ਹੁਣ ਜੇ ਅੱਗੇ ਜ਼ਿਕਰ ਕਰੀਏ ਇਹ ਇਹ ਕਿਸ ਸਮੇਂ ਦੀ ਤਸਵੀਰ ਹੈਗੀ? ਇਹ ਤਸਵੀਰ ਹੈਗੀ ਹੈ 1838 ਦੀ, ਤੇ ਇਹਦੇ ਵਿੱਚ ਕੀ ਕਹਿੰਦੇ ਆ ਤੁਸੀਂ, ਸਭ ਤੋਂ ਜਿਹੜੀ ਫੈਸੀਨੇਟਿੰਗ ਚੀਜ਼ ਸਾਨੂੰ ਆਪਣੇ ਆਪ ਨੂੰ ਲੱਗੀ ਸੀਗੀ, ਅਸੀਂ ਪਹਿਲੇ ਸਾਨੂੰ ਅਸੀਂ ਦੇਖਿਆ ਕਿ ਮਹਾਰਾਜਾ ਰਣਜੀਤ ਸਿੰਘ ਕਿੱਥੇ ਹੈ ਇੱਥੇ, ਤਾਂ ਤੁਸੀਂ ਪਹਿਲਾ ਧਿਆਨ ਤੁਹਾਡਾ ਜਾਏਗਾ ਜਾਂ ਇੱਥੇ ਜਾਏਗਾ ਜਾਂ ਇੱਥੇ ਕਿੱਥੇ ਜਾਏਗਾ, ਬਟ ਉਹ ਇੱਥੇ ਬੈਠੇ ਆ ਆਪਣੀ ਸਵਾਰੀ ਤੇ, ਤਾਂ ਸਾਨੂੰ ਲੱਗਿਆ ਕਿ ਇਸ ਇਹ ਫੋਟੋ ਲਗਾਉਣੀ ਬਹੁਤ ਜ਼ਰੂਰੀ ਹੈ ਕਿਉਂਕਿ ਇਹ ਦਿਖਾਉਂਦੀ ਹੈ ਕਿ ਮਹਾਰਾਜਾ ਰਣਜੀਤ ਸਿੰਘ ਅੱਗੇ ਬਹੁਤ ਫੋਟੋ ਆਉਣਗੀਆਂ ਕਿ ਉਹ ਕਿੰਨੇ ਡਾਊਨ ਟੂ ਅਰਥ ਤੇ ਹੰਬਲ ਸੀਗੇ। ਯਾਨੀ ਕਿ ਉਹਨਾਂ ਨੂੰ ਤੁਸੀਂ ਐਜ਼ ਅ ਸਪੈਸ਼ਲ ਪਰਸਨ ਦੇ ਤੌਰ ਤੇ ਨਹੀਂ ਪਛਾਣ ਸਕਦੇ ਵੀ ਇਹ ਉਹ ਮਹਾਰਾਜਾ ਸੀਗੇ, ਤਾਂ ਉਹ ਆਪਣੀ ਇੱਕ ਅਲੱਗ ਛਵੀ ਬਣਾ ਕੇ ਰੱਖਦੇ ਸੀ। ਅੱਗੇ ਇੱਕ ਹੋਰ ਫੋਟੋ ਆਏਗੀ, ਮੈਂ ਤੁਹਾਨੂੰ ਦਿਖਾਵਾਂਗੀ, ਉਹਦੇ ਵਿੱਚ ਵੀ ਇੱਕ ਪਾਸੇ ਘੋੜੇ ਆ ਇੱਕ ਪਾਸੇ ਐਵੇਂ ਬਣਿਆ ਹੋਇਆ, ਬਟ ਉਹ ਅਲੱਗ ਬੈਠੇ ਆ। ਯਾਨੀ ਕਿ ਜਿੰਨਾ ਚਿਰ ਤੁਸੀਂ ਦੱਸੋ ਉਹਨਾਂ ਦਾ ਅੱਜ ਦਾ ਸ਼ਖਸ ਨੂੰ ਆਪਣੀ ਸੋਚ ਦੇ ਨਾਲ ਸਮਝ ਨਹੀਂ ਸਕਦਾ ਵੀ ਇੱਕ ਮਹਾਰਾਜਾ ਨੂੰ ਜਦੋਂ ਅਸੀਂ ਆਪਣੀ ਇੱਕ ਛਵੀ ਚ ਤੌਰ ਤੇ ਦੇਖਦੇ ਹਾਂ, ਵੀ ਬੱਚੇ ਆਏ ਸੀ ਅਸੀਂ ਉਹਨਾਂ ਨੂੰ ਵੀ ਪੁੱਛਿਆ ਸਪੈਸ਼ਲ ਕਿ ਤੁਸੀਂ ਦੱਸੋ ਇਹਦੇ ਚ ਰਣਜੀਤ ਸਿੰਘ ਕਿੱਥੇ ਹੈ, ਤਾਂ ਉਹ ਕਹਿੰਦੇ ਕਿ ਉਹ ਸਭ ਤੋਂ ਪਹਿਲੇ ਉਹ ਘੋੜੇ ਤੇ ਗਏ, ਫਿਰ ਉਹ ਉਧਰ ਐਵੇਂ ਛਤਰੀ ਦੇ ਥੱਲੇ ਗਏ ਕਿ ਇੱਥੇ ਬੈਠੇ ਹੋਣਗੇ, ਫਿਰ ਅਸੀਂ ਕਿਹਾ ਨਹੀਂ ਉਹ ਇੱਥੇ ਹੈਗੇ ਆ। ਯਾਨੀ ਕਿ ਇਹ ਚੀਜ਼ ਸਾਡੇ ਦਿਮਾਗੀ ਤੌਰ ਤੇ ਉਹ ਜਿਹੜੀ ਸਾਡੀ ਛਾਪ ਬਣੀ ਹੈ ਵੀ ਮਹਾਰਾਜਾ ਤਾਂ ਜੀ ਮਹਾਰਾਜਾ ਸਟਾਈਲ ਇੱਕ ਵੱਡਾ ਜੇ ਰੋਇਲ, ਤਾਂ ਉਹ ਕਿਉਂ ਆਏ ਬੈਠੂਗਾ। ਤੇ ਇਸੇ ਇਹਦੇ ਵਿੱਚ ਫਿਰ ਤੁਸੀਂ ਜਿਹੜੀ ਇਹ ਪੂਰੀ ਐਗਜ਼ੀਬਿਸ਼ਨ ਲਾਈ, ਤਾਂ ਇਹਦੇ ਚ ਖਾਸ ਚੀਜ਼ਾਂ ਨੂੰ ਕੀ ਪੁਆਇੰਟ ਆਊਟ ਕਰਿਆ? ਇਹ ਜ਼ਿਆਦਾ ਮਹਾਰਾਜਾ ਰਣਜੀਤ ਸਿੰਘ ਨੂੰ ਦਿਖਾਉਂਦੀਆਂ ਹਨ? ਇਹ ਮਹਾਰਾਜਾ ਰਣਜੀਤ ਸਿੰਘ ਨੂੰ ਵੀ ਦਿਖਾਉਂਦੀ ਹੈ, ਬਟ ਸਾਡਾ ਮੇਨ ਫੋਕਸ ਸੀਗਾ ਇਹ ਦਿਖਾਉਣਾ ਕਿ ਜਦੋਂ ਸਿੱਖ ਰਾਜ ਸੀਗਾ ਤਾਂ ਉਦੋਂ ਪੰਜਾਬ ਕਿਵੇਂ ਦਾ ਸੀਗਾ ਤੇ ਚੀਜ਼ਾਂ ਕਿੰਨੀਆਂ ਵੱਖਰੀਆਂ ਸੀਗੀਆਂ। ਉਦੋਂ ਇੱਕ ਜਿਵੇਂ ਸਾਰੇ ਰਲ ਮਿਲ ਕੇ ਰਹਿੰਦੇ ਸੀ, ਧਰਮ ਜਿਹੜਾ ਮਰਜ਼ੀ ਹੋਏ ਸਾਰੇ ਰਲ ਮਿਲ ਕੇ ਰਹਿੰਦੇ ਸੀ। ਮਹਾਰਾਜਾ ਰਣਜੀਤ ਸਿੰਘ ਨੇ ਮਸਜਿਦ ਬਣਵਾਏ ਹੈ, ਉਹਨਾਂ ਨੇ ਉਹ ਸਾਰੀਆਂ ਚੀਜ਼ਾਂ ਵੀ ਫੰਡ ਕੀਤੀਆਂ ਕਿ ਇਹ ਸਾਡਾ ਮੇਨ ਏਮ ਸੀਗਾ ਉਹ ਚੀਜ਼ ਦਿਖਾਣੀ, ਤੇ ਸਪੈਸ਼ਲੀ ਥਰੂ ਦੀ ਆਈਜ਼ ਆਫ ਬਾਹਰ ਦੇ ਬੰਦੇ ਜਿਨ੍ਹਾਂ ਨੇ ਆ ਕੇ ਇੰਡੀਆ 'ਚ ਦੇਖੇ, ਕਿਉਂਕਿ ਆਪਣੇ ਬੰਦੇ ਤਾਂ ਬਹੁਤ ਕੁਛ ਲਿਖਦੇ ਆ ਹਮੇਸ਼ਾ। ਜਿਹਦੇ ਨਾਲ ਤੁਸੀਂ ਕੈਪਚਰ ਕਰਕੇ ਫਿਰ ਬਣਾ ਸਕੋ, ਸੋ ਉਹ ਜਿਹੜਾ ਵੀ ਸੀਨ ਦੇਖਦੇ ਸੀ, ਜਿਵੇਂ ਇਹ ਪ੍ਰਿੰਸ ਅਲੈਕਸੀ ਨੇ ਬਣਾਈ ਹੋਈ ਹੈ 1842 ਦੀ ਪਿਕਚਰ ਹੈ, ਠੀਕ ਹੈ, ਤੇ ਜੋ ਵੀ ਉਹ ਦੇਖਦੇ ਸੀਗੇ ਸੀਨ ਤਾਂ ਉਹ ਆਪਣੇ ਦਿਮਾਗ ਵਿੱਚ ਕੈਪਚਰ ਕਰਕੇ, ਲਿਥੋਗ੍ਰਾਫ ਹੁੰਦੀਆਂ ਸੀ ਉਦੋਂ, ਲਿਥੋਗ੍ਰਾਫ ਹੁੰਦਾ ਕਿ ਸਟੋਨ ਤੇ ਕਾਵ ਹੁੰਦੀਆਂ ਪੇਂਟਿੰਗਸ, ਫਿਰ ਉਹਦੇ ਤੇ ਇੰਕ ਦਾ ਇੰਪ੍ਰੈਸ਼ਨ ਲੈ ਕੇ ਇੰਕ ਨੂੰ ਪੇਜ ਪੇਪਰ ਤੇ ਇੰਪ੍ਰੈਸ਼ਨ ਲੈਂਦੇ ਆ, ਫਿਰ ਵਿੱਚ ਕਲਰ ਕਰਦੇ ਆ ਜੇ ਉਹ ਜ਼ਰੂਰੀ ਸਮਝਦੇ ਆ ਕਲਰ ਕਰਨਾ। ਸੋ ਇਹ ਵੀ ਲਿਥੋਗ੍ਰਾਫ ਫੋਟੋ ਹੈ ਹਰਿਮੰਦਰ ਸਾਹਿਬ ਦੀ, ਜਿਹੜੀ ਅ ਲੇਡੀ ਨੇ ਬਣਾਈ ਹੈ। ਅ ਲੇਡੀ ਇਜ਼ ਉਹ ਇੰਗਲੈਂਡ ਦੀ ਕਿਸੇ ਗਵਰਨਰ ਦੀ ਵਾਈਫ ਸੀਗੀ, ਕਿਸੇ ਜਨਰਲ ਦੀ ਵਾਈਫ ਸੀਗੀ, ਤੇ ਉਹਦਾ ਨਾਮ ਸਾਨੂੰ ਕਿੱਥੇ ਨਹੀਂ ਮਿਲ ਸਕਿਆ ਕਿ ਉਹਦਾ ਨਾਮ ਕੀ ਸੀ, ਜਿੰਨੀ ਵੀ ਉਹਦੀ ਬਹੁਤ ਪੇਂਟਿੰਗਸ ਹੈਗੀਆਂ ਬਹੁਤ ਸੋਹਣੀਆਂ ਸੋਹਣੀਆਂ, ਬਟ ਉਹਨੂੰ ਅ ਲੇਡੀ ਲਿਖਿਆ। ਸਾਡੇ ਕੋਲ ਇਹਨਾਂ ਦੀਆਂ ਫੋਟੋਆਂ ਪੰਜਾਬ ਡਿਜੀਟਲ ਦੇ ਲਾਇਬ੍ਰੇਰੀ ਦੇ ਰਿਕਾਰਡ ਵਿੱਚ ਹੈਗੀਆਂ, ਉਹਨਾਂ ਦਾ ਜਿੱਥੇ ਵੀ ਆਥਰ ਆਰਟਿਸਟ ਲਿਖਿਆ ਉਹ ਅ ਲੇਡੀ ਰੈਫਰ ਕੀਤਾ ਹੋਇਆ। ਹਾਂਜੀ ਕਹਿ ਸਕਦੇ ਹਾਂ, ਜਦੋਂ ਪੁਰਾਣੀਆਂ ਚੀਜ਼ਾਂ ਦਾ ਖੈਰ ਇਹ ਵੀ ਬੜਾ ਹੁੰਦਾ ਨਾ ਲੱਭਣਾ, ਉਹਨਾਂ ਨੂੰ ਡਿਸਕ੍ਰਾਈਬ ਕਰਨਾ ਵੀ ਜੋੜਨਾ, ਕਿਉਂਕਿ ਤੁਸੀਂ ਤਾਂ ਅੱਗੇ ਪ੍ਰੈਜੈਂਟ ਕਰਨਾ, ਜਿਵੇਂ ਹੁਣ ਤੁਸੀਂ ਮੈਨੂੰ ਦੱਸਿਆ ਮੈਂ ਤਾਂ ਤੁਹਾਡੀ ਗੱਲ 'ਤੇ ਯਕੀਨ ਕਰਨਾ, ਅਤੇ ਉਹ ਚੀਜ਼ ਗਲਤ ਨਾ ਹੋਵੇ, ਉਹ ਮੈਸੇਜ ਗਲਤ ਨਾ ਜਾਵੇ, ਇਹ ਵੀ ਬੜਾ ਜ਼ਰੂਰੀ ਹੋ ਜਾਂਦਾ। ਹਾਂਜੀ ਹਾਂਜੀ।
ਉਹ ਵੀ ਬਹੁਤ ਜ਼ਰੂਰੀ ਹੋ ਜਾਂਦਾ ਕਿਉਂਕਿ ਅਸੀਂ ਹਰ ਫੋਟੋ ਜਿਹੜੀ ਵੀ ਅਸੀਂ ਚੁਣੀ ਹੈ ਅਸੀਂ ਬੈਠ ਕੇ ਦੋ ਮਤਲਬ ਇੱਕ ਹਫ਼ਤਾ ਆਖਰੀ ਦਾ ਇਸ 'ਤੇ ਲਾਇਆ ਕਿ ਅਸੀਂ ਹਰ ਫੋਟੋ ਨੂੰ ਅੰਡਰਸਟੈਂਡ ਕਰੀਏ, ਹਰ ਟੈਕਸਟ ਨੂੰ ਅੰਡਰਸਟੈਂਡ ਕਰੀਏ ਕਿ ਉਹ ਕੀ ਕਹਿ ਰਿਹਾ। ਤੇ ਜੇ ਸਾਨੂੰ ਤਾਂ ਐਵੇਂ ਵੀ ਹੁੰਦਾ, ਬੜੇ ਲੋਕ ਕੁਐਸਚਨ ਵੱਖਰੇ ਪੁੱਛ ਲੈਂਦੇ ਸਾਨੂੰ, ਬੜੀ ਵਾਰੀ ਨਹੀਂ ਪਤਾ ਹੁੰਦਾ ਤਾਂ ਅਸੀਂ ਸਿੱਧਾ ਬੋਲ ਦਈਏ ਕਿ ਸਾਨੂੰ ਇਹ ਚੀਜ਼ ਨਹੀਂ ਪਤਾ, ਅਸੀਂ ਗਲਤ ਇਨਫੋਰਮੇਸ਼ਨ ਨਾ ਦਈਏ ਅੱਗੇ। ਸੁਨਹਿਰੀ ਮਸਜਿਦ ਲਾਹੌਰ ਦੀ ਜਿਹੜੀ ਕਰੀ ਹੈ, ਖਾਸ ਉਸ ਟਾਈਮ ਦੀ ਮਸਜਿਦ, ਉਹ ਮਸਜਿਦ ਹੈ ਜਿਹੜੀ ਮਹਾਰਾਜਾ ਰਣਜੀਤ ਸਿੰਘ ਨੇ ਬਣਵਾਈ ਸੀ ਪੰਜਾਬ ਵਿੱਚ। ਉਹਨਾਂ ਨੇ ਮਸਜਿਦ ਨੂੰ ਫੰਡ ਕੀਤਾ ਸੀ ਕਿ ਤੁਸੀਂ ਮਸਜਿਦ ਬਣਾਓ ਪੰਜਾਬ ਵਿੱਚ, ਸੋ ਇਸ ਕਰਕੇ ਇਹ ਖਾਸ ਹੈਗੀ ਹੈ। ਜੇ ਦੇਖੀਏ ਚਲੋ ਬਾਜ਼ਾਰ ਤਾਂ ਜਿਵੇਂ ਇਸ ਤਰ੍ਹਾਂ ਦੇ ਅਸੀਂ ਦੇਖਦੇ ਹਾਂ ਕਿ ਹਜੇ ਵੀ ਫਿਲਮਾਂ ਦੇ ਵਿੱਚ ਵੀ ਦੇਖ ਲੈਂਦੇ ਹਾਂ, ਜਾਨੀ ਕਈ ਦਿਖਾਉਣ ਦੀ ਕੋਸ਼ਿਸ਼ ਕਰਦੇ ਨੇ, ਇਹ ਵੀ ਮਹਾਰਾਜਾ ਰਣਜੀਤ ਸਿੰਘ ਹੋਰਾਂ ਦੀ ਤਸਵੀਰ ਹੈ ਜਾਂ ਉਹਨਾਂ ਦੇ ਨਾਲ? ਇਹ ਮਹਾਰਾਜਾ ਰਣਜੀਤ ਸਿੰਘ ਦੀ ਤਸਵੀਰ ਹੈ ਤੇ ਇਹ ਇਕੱਲੀ ਤਸਵੀਰ ਹੈ ਜਿਨ੍ਹਾਂ ਦੀ ਜਿਹੜੀ ਉਹਨਾਂ ਨੇ ਬੈਠ ਕੇ ਆਪੇ ਬਣਵਾਈ ਸੀ, ਨਹੀਂ ਤੇ ਉਹਨਾਂ ਦੀ ਜਿੰਨੀਆਂ ਵੀ ਫੋਟੋਆਂ ਹੈਗੀਆਂ ਉਹ ਉਹਨਾਂ ਦੀਆਂ ਰੈਂਡਮ ਫੋਟੋਸ ਹੈਗੀਆਂ। ਮਹਾਰਾਜਾ ਲੁੱਕ ਕੋਈ ਦੇਖ ਕੇ ਤੁਸੀਂ ਜੇ ਨਾਮ ਲਿਖੋ ਉਦੋਂ ਤਾਂ ਸ਼ਾਇਦ ਨਾ ਪਹਿਚਾਨੇ। ਹਾਂਜੀ, ਨਾਲੇ ਉਹ ਵੀ ਇੱਕ ਗੱਲ ਅਸੀਂ ਇਹ ਵੀ ਸਿੱਖੀ ਕਿ ਪੰਜਾਬ ਵਿੱਚ ਅਸੀਂ ਜਿੱਥੇ ਵੀ ਜਾਂਦੇ ਹਾਂ ਸਾਨੂੰ ਜਾਂ ਤੇ ਕਿਲੇ ਦਿਖਦੇ ਆ, ਫੋਰਟਸ ਦਿਖਦੇ ਆ ਸਾਨੂੰ, ਸਾਨੂੰ ਕਿੱਥੇ ਵੀ ਪੈਲੇਸਿਸ ਨਹੀਂ ਦਿਖਦੇ, ਕਿਉਂਕਿ ਮਹਾਰਾਜਾ ਰਣਜੀਤ ਸਿੰਘ ਨੇ ਜਿਹੜਾ ਪੈਸਾ ਹੈਗਾ ਉਹਨਾਂ ਚੀਜ਼ਾਂ ਤੇ ਨਹੀਂ ਲਗਾਇਆ, ਉਹ ਆਪਣੇ ਆਪ ਸਿੰਪਲ ਰਹਿੰਦੇ ਸੀ ਤੇ ਉਹਨਾਂ ਨੇ ਪੰਜਾਬ ਤੇ ਪੈਸਾ ਲਾਇਆ ਹੈ। ਜੇ ਦੇਖੀਏ ਇਹ ਤਸਵੀਰ, ਇਹ ਬੜੀ ਇਸ ਤਰ੍ਹਾਂ ਦੇ ਨਾਲ ਲੱਗਦੀ ਹੈ ਵੀ ਰਾਣੀ ਜਿੰਦਾ ਹੋਰਾਂ ਦੀ ਵੀ ਬੜੀ ਲੇਟੈਸਟ ਜਿਵੇਂ ਹੁੰਦੀ ਹੈਗੀ। ਹਾਂਜੀ, ਇਹ ਉਦੋਂ ਕੀ ਕਹਿੰਦੇ 1863 ਦੀ ਫੋਟੋ ਹੈਗੀ ਹੈ ਤਾਂ ਇੱਕ ਲੇਟਰ ਪੀਰੀਅਡ ਆ ਜਾਂਦਾ ਉਹਦਾ ਵੀ, ਹੈ ਨਾ। ਜਿਵੇਂ ਅਸੀਂ ਇਹ ਫੋਟੋ ਉਹਨਾਂ ਦੀ ਬਣੀ ਪਹਿਲੇ ਸੀ, ਫਿਰ ਇਹ ਪਬਲਿਸ਼ ਲੇਟਰ ਹੋਈ। ਸਾਡਾ ਜਿਹੜਾ ਪੀਰੀਅਡ ਹੈ ਆਲਦੋ ਅਸੀਂ 1849 ਤੱਕ ਕਵਰ ਕਰ ਰਹੇ ਹਾਂ, ਬਟ ਇਹ ਉਹਨਾਂ ਦੇ ਵਾਈਫ ਸੀਗੇ, ਸਭ ਤੋਂ ਯੰਗੈਸਟ ਵਾਈਫ ਸੀਗੇ ਉਹਨਾਂ ਦੇ, ਤਾਂ ਸਾਨੂੰ ਜ਼ਰੂਰੀ ਲੱਗੀ ਹੈ ਫੋਟੋ ਵੀ ਲਗਾਉਣੀ ਕਿਉਂਕਿ ਸਾਨੂੰ ਇੱਕ ਐਵੇਂ ਦੀ ਤਸਵੀਰ ਮਿਲੀ ਉਹਨਾਂ ਦੀ ਵਾਈਫ ਦੀ। ਇਹਦੇ 'ਚ ਜਿਵੇਂ ਦੇਖੀਏ ਇਹ ਉਹਨਾਂ ਦਾ ਦਰਬਾਰ ਦਿਖਾਇਆ ਜੀ, ਹੈ ਸਾਰਾ ਮਹਾਰਾਜਾ ਰਣਜੀਤ ਸਿੰਘ ਹੋਰਾਂ ਦਾ। ਹਾਂਜੀ, ਇਹਦੇ ਇਹ ਜਿਹੜੀਆਂ ਤਸਵੀਰਾਂ ਨੇ ਇਹ ਫਿਰ ਬਾਅਦ 'ਚ ਕੰਪਾਈਲ ਇੱਕ ਜਗ੍ਹਾ ਤੇ ਕਰੀਆਂ ਹੋਈਆਂ ਨੇ ਜਾਂ ਇਹ ਪਹਿਲਾਂ ਕਿਤੇ ਹੈਗੀਆਂ ਨੇ ਇਸ ਤਰ੍ਹਾਂ ਇਕੱਠੀਆਂ? ਇਹ ਅਲੱਗ ਪੋਰਟਰੇਟਸ ਹੈਗੇ ਆ ਸਾਰਿਆਂ ਦੇ ਤੇ ਅਸੀਂ ਉਹ ਦਰਬਾਰ ਦਿਖਾਉਣ ਦੇ ਲਈ ਇਹਨਾਂ ਨੂੰ ਇਕੱਠੇ ਕੰਪਾਈਲ ਕੀਤਾ ਹੈ। ਇਹਦੇ 'ਚ ਸਭ ਤੋਂ ਜ਼ਿਆਦਾ ਤੁਹਾਨੂੰ ਕਿਹੜੀ ਖਾਸ ਲੱਗੀ ਕਿ ਹਾਂ ਇਹ ਚੀਜ਼ ਦਿਖਾਉਣ? ਵੈਸੇ ਤਾਂ ਸਾਰੀਆਂ ਖਾਸ ਨੇ ਕਿਉਂਕਿ ਬੜੀ ਹਿਸਟਰੀ ਦੇ ਨਾਲ ਜੁੜੀਆਂ ਹੋਈਆਂ। ਹਾਂਜੀ, ਹਰ ਫੋਟੋ ਦੀ ਆਪਣੀ ਖਾਸੀਅਤ ਹੈ। ਹੁਣ ਜੇ ਮੈਂ ਇਹਦੇ ਬਾਰੇ ਵੀ ਗੱਲ ਕਰਾਂ ਤਾਂ ਇਹ ਫੋਟੋ WG ਓਸਬੋਰਨ ਨੇ ਬਣਾਈ ਹੈ ਤੇ ਇਹ ਜਿਹੜਾ ਬੰਦਾ ਬੈਠਾ ਹੈ ਇਹ ਉਹੀ ਹੈਗਾ, ਇਹ ਉਹ ਇਹਨਾਂ ਦੇ ਰਣਜੀਤ ਸਿੰਘ ਦੇ ਦਰਬਾਰ ਵਿੱਚ ਆਇਆ ਸੀਗਾ ਤੇ ਇਹਨਾਂ ਦੀ ਆਪਸ 'ਚ ਪ੍ਰਾਈਵੇਟ ਕਨਵਰਸੇਸ਼ਨ ਹੋਈ ਸੀਗੀ। ਉਦੋਂ ਇਹ ਜਿਹੜੇ ਸਾਰੀ ਚੀਜ਼ਾਂ ਤੁਹਾਨੂੰ ਦਿਖ ਰਹੀਆਂ ਇਹ ਮਹਾਰਾਜਾ ਰਣਜੀਤ ਸਿੰਘ ਨੇ ਇਹਨਾਂ ਨੂੰ ਗਿਫਟਸ ਪ੍ਰੈਜ਼ੈਂਟ ਕੀਤੇ ਸੀਗੇ, ਇਹ ਉਹ ਤਸਵੀਰ ਹੈਗੀ ਹੈ। ਸੋ ਇਹ ਵੀ ਆਪਣੇ ਆਪ 'ਚ ਬੜੀ ਖਾਸ ਤਸਵੀਰ ਹੈਗੀ ਹੈ, ਸਾਰਿਆਂ ਦੀ ਆਪਣੀ ਆਪਣੀ ਖਾਸੀਅਤ ਹੈ। ਸਹੀ ਗੱਲ ਹੈ, ਕਿਉਂਕਿ ਪੁਰਾਣੀ ਤਾਂ ਜਿਹੜੀ ਅਸੀਂ ਕੋਈ ਵੀ ਚੀਜ਼ ਦੇਖਦੇ ਹਾਂ ਚਾਹੇ ਚਿੱਠੀ ਪੱਤਰ ਹੈ ਚਾਹੇ ਫੋਟੋਆਂ ਨੇਗੀਆਂ, ਇਹ ਚੀਜ਼ਾਂ ਜੇ ਦੇਖੀਏ ਚਲੋ ਹੁਣ ਜਿਵੇਂ ਉਰੇ ਸਾਨੂੰ ਦੇਖਣ ਨੂੰ ਮਿਲ ਗਈਆਂ ਨੇਗੀਆਂ, ਆਮ ਤੌਰ ਤੇ ਸੋਚਦੇ ਨੇ ਲੋਕ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਕਿਉਂ ਖਾਸ ਸੀਗਾ, ਉਹ ਸ਼ਾਇਦ ਇਸ ਲਈ ਖਾਸ ਸੀ ਵੀ ਉੱਥੇ ਉਹਨਾਂ ਨੂੰ ਮਹਾਰਾਜਾ ਤੁਸੀਂ ਦੇਖ ਕੇ ਨਹੀਂ ਕਰ ਸਕਦੇ, ਉਹਨਾਂ ਦੇ ਗੁਣਾਂ ਦੇ ਨਾਲ ਤੇ ਉਹਨਾਂ ਦੇ ਨਾਮ ਦੇ ਨਾਲ ਹੀ ਪਹਿਚਾਨਿਆ ਜਾਂਦਾ ਸੀ। ਉਹ ਬੜੀਆਂ ਗੱਲਾਂ ਕਰਕੇ ਖਾਸ ਸੀਗਾ। ਇੱਕ ਤਾਂ ਸਭ ਤੋਂ ਵੱਡੀ ਗੱਲ ਹੈ ਕਿ ਹਮੇਸ਼ਾ ਉਹਨਾਂ ਨੂੰ ਤੁਸੀਂ ਐਵੇਂ ਪਛਾਣ ਨਹੀਂ ਸਕਦੇ ਸੀਗੇ ਕਿ ਉਹਨਾਂ ਨੇ ਇੰਨਾ ਕੁਛ ਕੀਤਾ ਹੋਇਆ ਹੈ। ਦੂਜੀ ਗੱਲ, ਉਹਨਾਂ ਦੀ ਆਰਮੀ ਬਹੁਤ ਵਧੀਆ ਸੀਗੀ। ਇੱਕ ਉਹਨਾਂ ਦੀ ਐਜੂਕੇਸ਼ਨ, ਜਿੰਨੇ ਵੀ ਉਸ ਟਾਈਮ 'ਤੇ ਪੰਜਾਬ ਵਿੱਚ ਮੰਦਿਰ ਸੀਗੇ, ਮਸਜਿਦ ਸੀਗੇ, ਧਰਮਸ਼ਾਲਾ, ਗੁਰਦੁਆਰੇ, ਜੋ ਵੀ ਸੀਗਾ, ਉਹ ਸਾਰਿਆਂ ਨਾਲ ਉਹ ਸਕੂਲ ਅਟੈਚ ਕਰਦੇ ਸੀ ਕੰਪਲਸਰੀ, ਅਤੇ ਜਿਹੜਾ ਵੀ ਬੰਦਾ ਸਿੱਖਦਾ ਸੀ ਉਹਨੂੰ ਹਮੇਸ਼ਾ ਰਿਵਾਰਡ ਕਰਦੇ ਸੀਗੇ ਕਿਉਂਕਿ ਉਹ ਐਜੂਕੇਸ਼ਨ ਨੂੰ ਬਹੁਤ ਇੰਪੋਰਟੈਂਸ ਦਿੰਦੇ ਸੀ। ਭਾਵੇਂ ਉਹ ਬਹੁਤ ਵੱਡੇ ਮਾਸਟਰ ਮਾਈਂਡ ਸੀਗੇ, ਚਾਹੇ ਉਹਨਾਂ ਨੇ ਆਪ ਕਦੇ ਪੜ੍ਹਨਾ ਲਿਖਣਾ ਨਹੀਂ ਸਿੱਖਿਆ, ਬਟ ਉਹਨਾਂ ਨੇ ਪੰਜਾਬ ਵਿੱਚ ਐਜੂਕੇਸ਼ਨ ਲਿਆਈ ਤੇ ਇੰਨਾ ਵੀ ਸੀਗਾ ਕਿ ਦਿੱਲੀ ਵਾਲਿਆਂ ਨੂੰ
ਹਮੇਸ਼ਾ ਇਹ ਰਹਿੰਦਾ ਸੀ ਕਿ ਸਾਡੇ ਉੱਪਰ ਪੰਜਾਬ ਬੈਠਾ ਤਾਂ ਅਸੀਂ ਸੇਫ ਹੈਗੇ ਆ, ਜਦੋਂ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿੱਚ ਸੀਗਾ ਪੰਜਾਬ। ਚਲੋ ਬਹੁਤ ਬਹੁਤ ਧੰਨਵਾਦ, ਤੁਸੀਂ ਦੇਖਿਆ ਜਾਵੇ ਸਾਡੀ ਵੀ ਖੈਰ ਖਾਸ ਇਸ ਚੀਜ਼ ਨੂੰ ਲੈ ਕੇ ਨੌਲੇਜ ਵੱਧ ਗਈ, ਕਿਉਂਕਿ ਆਮ ਤੌਰ ਤੇ ਤਾਂ ਨਹੀਂ, ਜਦੋਂ ਆਪਾਂ ਦੇਖਦੇ ਹਾਂ ਕੋਈ ਤਸਵੀਰ ਤੋਂ ਜ਼ਿਆਦਾ ਉਹ ਸਾਨੂੰ ਕੁਛ ਦਿਖਾਉਂਦੀ ਨਹੀਂ ਹੈਗੀ, ਜਾਂ ਸਿਰਫ ਇੱਕ ਨੀਚੇ ਨਾਮ ਪੜ੍ਹ ਲਾਂ ਨੇਗੇ। ਹਾਂਜੀ, ਬਹੁਤ ਬਹੁਤ ਧੰਨਵਾਦ ਤੁਹਾਡਾ। ਇਹ ਚੀਜ਼ਾਂ ਨੂੰ ਸਮਝ ਕੇ ਤਾਂ ਇਹ ਲੱਗਦਾ ਵੀ ਜੇ ਇਹ ਤਾਂ ਬੜਾ ਇੱਕ ਛੋਟਾ ਜਿਹਾ ਹਿੱਸਾ ਸੀ ਉਹ ਦੇਖਿਆ ਹੈਗਾ ਉਹਨਾਂ ਦੇ ਨਾਲ ਜੁੜਿਆ ਹੋਇਆ, ਤੇ ਤੁਸੀਂ ਸੋਚਦੇ ਤਾਂ ਹੋਵੋਗੇ ਕਿ ਆਖਰਕਾਰ ਹੁਣ ਵੀ ਕੋਈ ਅਜਿਹਾ ਆਵੇ, ਪਰ ਹੁਣ ਦੇ ਸਿਸਟਮਾਂ 'ਚ ਦੇਖਿਆ ਜਾਵੇ ਚਲੋ ਮਹਾਰਾਜੇ ਤਾਂ ਨਹੀਂ ਹੈਗੇ, ਪਰ ਜਿਹੜੇ ਕੱਦਾਵਰ ਲੋਕ ਅਸੀਂ ਸੀਟਾਂ 'ਤੇ ਬੈਠੇ ਦੇਖਦੇ ਹਾਂ, ਖੈਰ ਉਹਨਾਂ ਤੋਂ ਦੂਰੋਂ ਹੀ ਪਤਾ ਲੱਗਦਾ ਹੁੰਦਾ ਵੀ ਕਿਹੜਾ VIP ਹੈ ਕਿਹੜਾ ਉਹ, ਪਰ ਇਹ ਵੀ ਬੜਾ ਆਪਣੇ ਆਪ ਦੇ ਵਿੱਚ ਖਾਸ ਹੋ ਜਾਂਦਾ ਵੀ ਇੱਕ ਤਸਵੀਰ ਦੇ ਵਿੱਚ ਮਹਾਰਾਜੇ ਨੂੰ ਪਛਾਣਨਾ ਤੁਹਾਡੇ ਵਾਸਤੇ ਚੈਲੰਜ ਬਣ ਜੇ। ਇਹ ਦਿਖਾਉਂਦਾ ਵੀ ਲੋਕਾਂ ਦੇ ਨਾਲ ਜੁੜਿਆ ਹੋਇਆ ਅਸਲੀ ਲੀਡਰ ਅਤੇ ਅਸਲੀ ਉਹਨਾਂ ਦਾ ਬਾਰੇ ਸੋਚਣ ਵਾਲਾ ਕਿਹੜਾ ਅੱਗੇ ਉਹਨਾਂ ਦੇ ਬੈਠਾ ਜਿਹਦੇ 'ਤੇ ਉਹ ਨਿਸ਼ਚਿੰਤ ਹੋ ਕੇ ਭਰੋਸਾ ਕਰ ਸਕਦੇ ਨੇ। ਵੀਡੀਓ ਜਰਨਲਿਸਟ ਜਸਵੀਰ ਸਿੰਘ, ਰੋਜ਼ਾਨਾ ਸੁਖਨਾ TV, ਚੰਡੀਗੜ੍ਹ।